ਨਮਸਕਾਰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਡੇ ਐਂਡ ਨਾਈਟ ਬ੍ਰੇਕਫਾਸਟ ਪੰਜਾਬੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਇੱਕ ਬਿਲਕੁਲ ਨਵਾਂ ਸ਼ੋਅ ਹੈ ਇਹ ਸ਼ੋਅ ਬਾਕੀ ਖਬਰ ਦੇ ਬੁਲੇਟਿਨਸ ਨਾਲੋਂ ਥੋੜਾ ਹਟਕੇ ਹੈ ਇਸ ਵਿੱਚ ਅਸੀਂ ਖਬਰਾਂ ਨਾਲ ਜੁੜੇ ਮੁੱਦਿਆਂ ਤੇ ਤੁਹਾਡੇ ਵਿੱਚੋਂ ਕੁਝ ਸੂਝਵਾਨ ਲੋਕਾਂ ਨਾਲ ਡਿਸਕਸ ਕਰਿਆ ਕਰਾਂਗੇ ਸਵੇਰ ਦੇ ਰੋਜ਼ਾਨਾ ਕਾਰਜਾਂ ਦੌਰਾਨ ਦੌੜ ਭੱਜ ਵਿੱਚ ਸਾਡੇ ਕੋਲੋਂ ਅਜਿਹਾ ਕੁਝ ਦੇਖਣਾ ਅਤੇ ਜਾਣਨਾ ਖੁੰਝ ਜਾਂਦਾ ਜਿਹੜਾ ਸਾਡੇ ਲਈ ਮਹੱਤਵਪੂਰਨ ਹੋ ਸਕਦਾ ਭਾਵੇਂ ਉਹ ਅਖਬਾਰ ਹੋਵੇ ਜਾਂ ਫਿਰ ਟੀਵੀ ਤੇ ਦਿੱਤੀ ਜਾ ਰਹੀ ਕੋਈ ਵੀ ਜਾਣਕਾਰੀ ਸੋ ਸਾਡੇ ਇਸ ਸ਼ੋਅ ਦਾ ਉਦੇਸ਼ ਵੀ ਬਿਲਕੁਲ ਇਹੋ ਹੀ ਹੋਏਗਾ ਕਿ ਤੁਸੀਂ ਆਪਣੇ ਨਾਸ਼ਤੇ ਦੇ ਨਾਲ ਨਾਲ ਬੀਤੇ ਦਿਨ ਅਤੇ ਅੱਜ ਦੀ ਅਹਿਮ ਘਟਨਾ ਬਾਰੇ ਸਾਡੇ ਸਟੂਡੀਓ ਵਿੱਚ ਆਏ ਮਹਿਮਾਨਾਂ ਦੇ ਜ਼ਰੀਏ ਜਾਣ ਸਕੋ ਇਸ ਲਈ ਅੱਜ ਸਾਡੇ ਨਾਲ ਅਖਬਾਰਾਂ ਦੀਆਂ ਸੁਰਖੀਆਂ ਉੱਤੇ ਚਰਚਾ ਕਰਨ ਲਈ ਸਟੂਡੀਓ ਵਿੱਚ ਆਏ ਨੇ ਨਵਕਿਰਨ ਨੱਥ ਜੋ ਕਿ ਇੱਕ ਡੈਂਟਿਸਟਰੀ ਦੇ ਸਟੂਡੈਂਟ ਹਨ ਅਤੇ ਨੈਸ਼ਨਲ ਲੈਵਲ ਦੀ ਆਰਗੇਨਾਈਜੇਸ਼ਨ ਰੈਵੋਲਿਊਸ਼ਨਰੀ ਯੂਥ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਨੇ ਨਾਲ ਹੀ ਸਾਡੇ ਨਾਲ ਮੌਜੂਦ ਨੇ ਜਿੰਦਰਜੀਤ ਜੋ ਡੈਪਟੀ ਨਿਊਜ਼ ਐਡੀਟਰ ਨੇ ਰੋਜ਼ਾਨਾ ਸਪੋਕਸਮੈਨ ਦੇ ਜੋ ਅੱਜ ਸਾਡੇ ਨਾਲ ਡਿਸਕਸ ਕਰਨਗੇ ਸੁਰਖੀਆਂ ਬਾਰੇ ਪਰ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ ਤੇ ਅਮਲੋ ਦੇ ਸਬ ਇੰਸਪੈਕਟਰ ਨਾਲ ਯੂਥ ਅਕਾਲੀ ਆਗੂ ਜਗਦੀਸ਼ ਸਿੰਘ ਲਾਲਕਾ ਨੇ ਕੀਤੀ ਕੁੱਟਮਾਰ ਮੌਕੇ ਉਤੇ ਚੈਕਿੰਗ ਦੌਰਾਨ ਸਬ ਇੰਸਪੈਕਟਰ ਨੂੰ ਕੁੱਟਿਆ ਔਰਤਾਂ ਨਾਲ ਅਪਰਾਧਾਂ ਦੇ ਮਾਮਲੇ ਦਾ ਹਾਈ ਕੋਰਟ ਨੇ ਲਿਆ ਸਖ਼ਤ ਨੋਟਿਸ ਪੁਲਿਸ ਅਧਿਕਾਰੀਆਂ ਤੇ ਜੁਡੀਸ਼ੀਅਲ ਅਫਸਰਾਂ ਨੂੰ ਖਾਸ ਟ੍ਰੇਨਿੰਗ ਦੇ ਨਿਰਦੇਸ਼ ਗੁਰਦਾਸਪੁਰ ਵਿਚ ਅਣਪਛਾਤੇ ਵਿਅਕਤੀਆਂ ਨੇ ਦੋ ਨੌਜਵਾਨਾਂ ਨੂੰ ਗੋਲੀ ਮਾਰ ਕੇ ਹਲਾਕ ਕੀਤਾ ਇੱਕ ਦੀ ਹਾਲਤ ਗੰਭੀਰ ਅਤੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਫਰਾਰ ਹੋਏ ਤਿੰਨ ਹਵਾਲਤੀਆਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ ਅਸੀਂ ਆਪਣੇ ਦਰਸ਼ਕ ਜਿੰਦਰਜੀਤ ਤੇ ਨਵਕਿਰਨ ਤੁਹਾਡਾ ਇਸ ਬ੍ਰੇਕਫਾਸਟ ਨਿਊਜ਼ ਤੇ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸੁਰਖੀਆਂ ਅਸੀਂ ਜਿਹੜੀਆਂ ਚਾਰ ਮੇਨ ਜਿਹੜੀਆਂ ਪੜੀਆਂ ਨੇ ਉਹਨਾਂ ਵਿੱਚ ਤਿੰਨ ਤਹਿ ਜਿਹੀਆਂ ਸੁਰਖੀਆਂ ਬਣਦੀਆਂ ਹੀ ਨੇ ਜਿਨ੍ਹਾਂ ਨੂੰ ਅਸੀਂ ਅੱਜ ਚਰਚਾ ਕਰਾਂਗੇ ਜਿਨ੍ਹਾਂ ਦੇ ਉੱਤੇ ਅਖਬਾਰਾਂ ਉੱਤੇ ਵੀ ਜੇ ਆਪਾਂ ਨਜ਼ਰ ਮਾਰੀਏ ਭਾਵੇਂ ਰੀਜਨਲ ਨਿਊਜ਼ ਪੇਪਰਸ ਹੋਣ ਤੇ ਭਾਵੇਂ ਉਹ ਨੈਸ਼ਨਲ ਨਿਊਜ਼ ਪੇਪਰਸ ਹੋਣ ਹਰ ਪਾਸੇ ਜੇ ਨੈਸ਼ਨਲ ਲੈਵਲ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਫੌਜ ਵੱਲੋਂ ਜੋ ਸਰਹੱਦੀ ਚੌਕੀ ਉੱਤੇ ਹਮਲਾ ਹੋਇਆ ਤੇ ਦੋ ਭਾਰਤੀ ਜਿਹੜੇ ਜਵਾਨ ਹੈਗੇ ਨੇ ਉਹਨਾਂ ਦੇ ਸਿਰ ਕਲਮ ਕੀਤੇ ਗਏ ਨੇ ਜਦਕਿ ਸਿਰਫ ਹਲੇ ਖਰਚਾ ਹੀ ਲਗਾਇਆ ਜਾ ਰਿਹਾ ਕਿ ਵੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਨੌਜਵਾਨ ਸੀਗਾ ਉਸ ਦਾ ਜਿਹੜਾ ਸਿਰ ਸੀਗਾ ਉਹ ਪਾਕਿਸਤਾਨੀ ਟਰੂਪਰਸ ਜਿਹੜੇ ਹੈਗੇ ਨੇ ਉਹ ਆਪਣੇ ਨਾਲ ਲੈ ਗਏ ਨੇ ਜਿਹਦੀ ਪੁਸ਼ਟੀ ਹੋਣੀ ਹਜੇ ਬਾਕੀ ਹੈਗੀ ਹੈ ਦੂਸਰੀ ਅਗਰ ਖਬਰ ਦੀ ਗੱਲ ਕਰੀਏ ਤਾਂ ਜਿਹੜੇ ਯੂਥ ਅਕਾਲੀ ਦਲ ਦੇ ਜਿਹੜੇ ਆਗੂ ਹੈਗੇ ਨੇ ਉਹਨਾਂ ਨੇ ਅਮਲੋਹ ਦੇ ਇੱਕ ਥਾਣਾ ਦੇ ਜਿਹੜੇ ਇੰਚਾਰਜ ਹੈਗੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਉਹਨਾਂ ਦੇ ਥੱਪੜ ਵੀ ਮਾਰਿਆ ਇਹ ਵੀ ਇੱਕ ਬਹੁਤ ਹੀ ਜਿਹੜੀ ਆਪਾਂ ਕਹੀਏ ਜਿਹੜੀ ਘਟਨਾ ਹੈਗੀ ਹੈ ਬਿਲਕੁਲ ਜੀ ਫਿਰ ਆਪਾਂ ਅੰਮ੍ਰਿਤਸਰ ਜੇਲ੍ਹ ਦੇ ਵਿੱਚੋਂ ਜਿਹੜੇ ਕੈਦੀ ਫਰਾਰ ਹੋਏ ਆ ਉਹਨਾਂ ਬਾਰੇ ਵੀ ਗੱਲ ਕਰਾਂਗੇ ਮੈਂ ਰਜਿੰਦਰ ਜੀ ਤੁਹਾਡੇ ਤੋਂ ਸ਼ੁਰੂ ਕਰਨਾ ਚਾਹਾਂਗੀ ਸਭ ਤੋਂ ਪਹਿਲਾਂ ਆਪਾਂ ਅਗਰ ਪਾਕਿਸਤਾਨ ਵੱਲੋਂ ਜੋ ਇਨਫਿਲਟ੍ਰੇਸ਼ਨ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਹ ਵੀ ਉਹਦੇ ਵਿੱਚ ਹੀ ਇੱਕ ਘਟਨਾ ਬਣ ਕੇ ਰਹਿ ਜਾਏਗੀ ਜਦਕਿ ਅਸੀਂ ਆਪਣੇ ਜਿਹੜੇ ਇੱਕ ਫੌਜੀ ਹੈਗੇ ਨੇ ਉਹ ਗਵਾ ਦਿੰਦੇ ਹੈਗੇ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਘਟਨਾ ਕੋਈ ਪਹਿਲੀ ਨਹੀਂ ਕਾਫੀ ਸਮੇਂ ਤੋਂ ਇਹ ਖਬਰਾਂ ਆ ਰਹੀਆਂ ਸੀ ਕਿ ਕਾਫੀ ਉੱਥੇ ਗੋਲੀਬੰਦੀ ਉਲੰਘਣਾ ਕੀਤੀ ਜਾ ਰਹੀ ਹੈ ਪਾਕਿਸਤਾਨੀ ਤਰਫੋਂ ਤੇ ਅੱਜ ਤਾਂ ਮਤਲਬ ਕੱਲ੍ਹ ਤੱਕ ਕਰੂਰਤਾ ਦੀ ਹੱਦ ਹੋ ਗਈ ਕਿ ਫੌਜੀ ਜਵਾਨ ਦੂਜੇ ਫੌਜੀ ਜਵਾਨ ਦਾ ਸਿਰ ਕਲਮ ਕਰ ਰਿਹਾ ਹਾਲਾਂਕਿ ਉਹ ਡਿਨਾਈ ਕਰ ਰਿਹਾ ਇੰਡੀਅਨ ਪਾਸਾ ਕਿ ਇੱਦਾਂ ਹੋਇਆ ਨਹੀਂ ਤੇ ਹੁਣ ਜਦੋਂ ਇਹ ਹੋ ਰਿਹਾ ਤੇ ਇਦੋਂ ਇੰਡੀਆ ਦੀ ਪਾਕਿਸਤਾਨ ਪ੍ਰਤੀ ਜੋ ਨਰਮ ਨੀਤੀ ਹੈ ਉਹਦੇ ਤੇ ਸਵਾਲ ਉੱਠਣਾ ਜਾਇਜ਼ ਹੈ ਸੁਭਾਵਿਕ ਹੈ ਹੁਣ ਤੱਕ ਠੀਕ ਹੈ ਡਾਇਲੋਗ ਨਾਲ ਗੱਲ ਚੱਲਣੀ ਚਾਹੀਦੀ ਹੈ ਡਾਇਲੋਗ ਹੀ ਇੱਕ ਹੈ ਕਸ਼ਮੀਰ ਮਸਲੇ ਦਾ ਹੱਲ ਲਈ ਪਰ ਨਾਲ ਨਾਲ ਸਾਨੂੰ ਥੋੜੀ ਅਗਰੈਸਿਵਨੈਸ ਵੀ ਦਿਖਾਉਣੀ ਪੈਣੀ ਹੁਣ ਜਿਹੜੇ ਆਪਾਂ ਡਾਇਲੋਗਸ ਜਿਹੜੇ ਹੈਗੇ ਆ ਉਹ ਚੱਲਦੇ ਜਾ ਰਹੇ ਨੇ ਪਾਕਿਸਤਾਨ ਤੋਂ ਜਿਹੜੇ ਹੈਗੇ ਨੇ ਅਧਿਕਾਰੀ ਉਹ ਇੰਡੀਆ ਆਉਂਦੇ ਨੇ ਸਾਡੇ ਅਧਿਕਾਰੀ ਪਾਕਿਸਤਾਨ ਜਾਂਦੇ ਨੇ ਇੱਕ ਪਾਸੇ ਮੇਲ ਮਿਲਾਪ ਜਿਹੜਾ ਹੈਗਾ ਉਹ ਚੱਲ ਵੀ ਰਿਹਾ ਉਹ ਚੱਲ ਰਿਹਾ ਜੀ ਇੱਕ ਪਾਸੇ ਵੀਜ਼ਾ ਸਮਝੌਤਾ ਹੁਣ ਹੋਇਆ ਅਸੀਂ ਕਰ ਰਹੇ ਹਾਂ ਵੀ ਮੇਲ ਮਿਲਾਪ ਹੋਵੇ ਰਿਸ਼ਤੇ ਸੁਖਾਵੇਂ ਬਣ ਪਰ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੋ ਰਹੀਆਂ ਸੋ ਭਾਰਤ ਨੂੰ ਕੀ ਲੱਗਦਾ ਫਿਰ ਤੁਹਾਨੂੰ ਕਿ ਕੋਈ ਇਹੋ ਜਿਹੇ ਵੀ ਅਨਸਰ ਹੈਗੇ ਨੇ ਜਿਹੜੇ ਇਹ ਹੋਣ ਨਹੀਂ ਦੇਣਾ ਚਾਹੁੰਦੇ ਜੋ ਗੱਲਬਾਤ ਚੱਲ ਰਹੀ ਹੈ ਜੋ ਡਾਇਲੌਗਸ ਚੱਲ ਰਹੇ ਨੇ ਹਮੇਸ਼ਾ ਇਹੀ ਆ ਰਿਹਾ ਹੈ ਕਿ ਆਈਐਸਆਈ ਜੋ ਪਾਕਿਸਤਾਨ ਵਿੱਚ ਹੈ ਉਹਨਾਂ ਦੀ ਏਜੰਸੀ ਕਿ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀ ਹੈ ਹੁਣ ਵੀ ਇਹੀ ਆ ਰਿਹਾ ਕਿ ਉਹਨਾਂ ਨੇ ਹੀ ਇਹ ਸਾਰਾ ਕੁਝ ਕਰਵਾਇਆ ਤੇ ਮੇਰਾ ਮੰਨਣਾ ਇਹ ਹੈ ਕਿ ਭਾਰਤ ਨੂੰ ਇਸ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਅੰਤਰਰਾਸ਼ਟਰੀ ਮੰਚ ਤੇ ਉਠਾਉਣਾ ਚਾਹੀਦਾ ਤੇ ਪਾਕਿਸਤਾਨ ਨੂੰ ਵੀ ਇਹ ਮੈਸੇਜ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਜੀ ਮੈਂ ਇੱਥੇ ਨਵਕਿਰਨ ਨੂੰ ਲੈ ਕੇ ਆਉਣਾ ਚਾਹਾਂਗੀ ਨਵਕਿਰਨ ਜਦੋਂ ਵੀ ਕੋਈ ਇਹੋ ਜਿਹਾ ਮਸਲਾ ਹੁੰਦਾ ਜਿੱਥੇ ਭਾਰਤ ਪਾਕਿਸਤਾਨ ਜਿਹੜੇ ਹੈਗੇ ਨੇ ਉਹ ਭਿੜੇ ਹੁੰਦੇ ਨੇ ਜਾਂ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਹੁੰਦੀ ਈਵਨ ਤੁਸੀਂ ਕ੍ਰਿਕਟ ਦੇ ਮੈਚ ਨੂੰ ਦੇਖੋ ਜਦੋਂ ਹੋ ਰਿਹਾ ਹੁੰਦਾ ਕਿੰਨਾ ਕੁ ਜਿਹੜਾ ਇੱਕ ਯੂਥ ਹੈ ਇੱਕ ਨੌਜਵਾਨ ਹੈ ਉਹਦੇ ਵਿੱਚ ਇੱਕ ਜਜ਼ਬਾ ਹੁੰਦਾ ਉਸ ਟਾਈਮ ਇੱਕਦਮ ਸਭ ਦਾ ਖੂਨ ਖੋਲਣਾ ਸ਼ੁਰੂ ਹੋ ਜਾਂਦਾ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ
ਭਾਰਤ ਹੈਗਾ ਉਹ ਕਦੀ ਪਾਕਿਸਤਾਨ ਤੋਂ ਜਿਹੜਾ ਹੈਗਾ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਵੇ। ਰੀਸੈਂਟਲੀ ਆਪਣੀ ਜਿਹੜੀ ਕ੍ਰਿਕਟ ਸੀਰੀਜ਼ ਹੈਗੀਆਂ ਨੇ ਉਹਦੇ ਵਿੱਚ ਸਾਨੂੰ ਉਹ ਵੀ ਦੇਖਣਾ ਪਿਆ। ਮਗਰ ਜਿਹੜਾ ਇੱਕ ਨੌਜਵਾਨ ਹੈ ਉਹ ਜਦੋਂ ਇਹੋ ਜਿਹੀਆਂ ਖਬਰਾਂ ਪੜ੍ਹਦਾ ਤੇ ਉਹ ਉਹਦੇ ਉੱਤੇ ਕਿਸ ਤਰ੍ਹਾਂ ਦੀ ਸੋਚ ਰੱਖਦਾ ਹੈ, ਵੀ ਤੁਹਾਨੂੰ ਕੀ ਲੱਗਦਾ ਹੈ ਕਿ ਭਾਰਤ ਪਾਕਿਸਤਾਨ ਦੇ ਵਿੱਚ ਐਕਚੁਅਲੀ ਜਿਹੜਾ ਹੈਗਾ ਇਹਨਾਂ ਮੁੱਦਿਆਂ ਨੂੰ ਲੈ ਕੇ ਚੱਲ ਕੀ ਰਿਹਾ? ਜੇ ਅਸੀਂ ਬੇਸਿਕ ਲੈਵਲ ਤੇ ਦੇਖੀਏ ਤਾਂ ਆਮ ਮੈਂ ਲੋਕਾਂ 'ਚ ਦੇਖਿਆ ਕਿ ਆਪਸ 'ਚ ਬਹੁਤ ਇੱਕ ਚੰਗੇ ਰਿਲੇਸ਼ਨ ਨੇ। ਪਿਛਲੀ ਵਾਰ ਜਦੋਂ ਨੈਸ਼ਨਲ ਵਰਲਡ ਕੱਪ ਜਦੋਂ ਇੱਥੇ ਹੋਇਆ ਸੀ ਮੋਹਾਲੀ ਵਿੱਚ, ਉਦੋਂ ਮੈਨੂੰ ਯਾਦ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਪਾਕਿਸਤਾਨ ਤੋਂ ਲੋਕ ਹੈ ਜਿਹੜੇ ਇੰਡੀਆ 'ਚ ਮੈਚ ਦੇਖਣ ਆਏ ਸੀ ਤੇ ਚੰਡੀਗੜ੍ਹ ਦੇ ਮੋਹਾਲੀ ਦੇ ਸਾਰੇ ਹੋਟਲ ਬਿਲਕੁਲ ਖਾਲੀ ਸੀ ਕਿਉਂਕਿ ਲੋਕ ਜਿਹੜੇ ਪਾਕਿਸਤਾਨੀ ਲੋਕ ਆਏ ਸੀ ਸਾਰੇ ਇੰਡੀਅਨ ਲੋਕ ਉਹਨਾਂ ਨੂੰ ਆਪਣੇ ਆਪਣੇ ਘਰ ਲੈ ਕੇ ਗਏ ਸੀ। ਜਿਹੜਾ ਇਹ ਰਿਲੇਸ਼ਨ ਹੈ ਮੈਨੂੰ ਲੱਗਦਾ ਇਹਨਾਂ ਰਿਲੇਸ਼ਨਸ ਨੂੰ ਦੇਖ ਕੇ ਸਾਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਲੋਕ ਆਪਸ 'ਚ ਪਿਆਰ ਮੁਹੱਬਤ ਚਾਹੁੰਦੇ ਨੇ, ਉਹ ਇਕਸਾਰਤਾ ਚਾਹੁੰਦੇ ਨੇ। ਆਮ ਜਨਤਾ ਹੈਗੀ ਤੁਹਾਡੇ ਸਾਡੇ ਵਰਗੇ ਜਿਹੜੇ ਲੋਕ ਹੈਗੇ ਜਦੋਂ ਇੱਕ ਦੂਜੇ ਨੂੰ ਯੂ ਨੋ ਸਰਹੱਦ ਤੋਂ ਪਾਰ ਜਿਹੜੇ ਲੋਕੀ ਸਾਡੇ ਕੋਲ ਆਉਂਦੇ ਨੇ ਜਦੋਂ ਅਸੀਂ ਉਹਨਾਂ ਨੂੰ ਮਿਲਦੇ ਹਾਂ ਤੇ ਜਦੋਂ ਅਸੀਂ ਉੱਧਰ ਜਾਂਦੇ ਹਾਂ ਤੇ ਜਿਸ ਤਰ੍ਹਾਂ ਦਾ ਸਾਨੂੰ ਰਿਐਕਸ਼ਨ ਦੇਖਣ ਨੂੰ ਮਿਲਦਾ ਉੱਥੋਂ ਸਾਨੂੰ ਬਿਲਕੁਲ ਇਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ ਕਿ ਜਿਹੜੀਆਂ ਸਰਕਾਰਾਂ ਦੇ ਲੈਵਲ ਉੱਤੇ ਕੀ ਚੱਲ ਰਿਹਾ ਜਾਂ ਫੌਜ ਦੇ ਲੈਵਲ ਦੇ ਉੱਤੇ ਕੀ ਚੱਲ ਰਿਹਾ, ਕੀ ਕੁਛ ਜਿਹੜਾ ਹੈਗਾ ਦੋਵੇਂ ਮੁਲਕਾਂ ਦੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਝੇਲਣਾ ਪੈਂਦਾ। ਸਾਡੇ ਨਾਲ ਇੱਕ ਕਾਲਰ ਹੈਗੇ, ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ। ਹਾਂਜੀ, ਤੁਸੀਂ ਸਾਨੂੰ ਦੱਸੋਗੇ ਤੁਹਾਡਾ ਨਾਮ ਕੀ ਹੈ, ਤੁਸੀਂ ਕਿੱਥੋਂ ਬੋਲ ਰਹੇ ਹੋ? ਹੈਲੋ, ਮੈਂ ਲੱਗਦਾ ਜਿਹੜੇ ਕਾਲਰ ਹੈਗੇ ਉਹ ਵੀ ਉਹਨਾਂ ਕੋਲ ਵੀ ਸ਼ਾਇਦ ਇੰਨੀ ਪੇਸ਼ੈਂਸ ਨਹੀਂ ਹੈਗੀ ਜਿਹੜੇ ਸਾਡੇ ਨਾਲ ਲਗਾਤਾਰ ਜੁੜੇ ਰਹਿਣ। ਮੈਂ ਇੱਥੇ ਜਿੰਦਰ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਪਾਕਿਸਤਾਨ ਨੇ ਜਿਹੜੀ ਅਜਿਹੀ ਘਟਨਾ ਜਿਹੜੀ ਵਾਪਰੀ ਹੈਗੀ ਹੈ ਕੱਲ ਉਹਦੇ ਤੋਂ ਉਹਨਾਂ ਨੇ ਇਨਕਾਰ ਕੀਤਾ ਹੈਗਾ, ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਹ ਮੁਲਕ ਹੈਗਾ ਇਹ ਇੱਕ ਤਰ੍ਹਾਂ ਨਾਲ ਆਦਤ ਤੋਂ ਮਜਬੂਰ ਹੈ? ਨਹੀਂ, ਇਨਕਾਰ ਇਹ ਪਹਿਲੀ ਗੱਲ ਨਹੀਂ, ਇਹਨਾਂ ਨੇ ਪਹਿਲਾਂ ਵੀ ਇੱਦਾਂ ਬਹੁਤ ਘਟਨਾਵਾਂ ਹੋਈਆਂ, ਹਮੇਸ਼ਾ ਇਹ ਇਨਕਾਰ ਕਰਦੇ ਆ ਰਹੇ ਆ ਵੀ ਅਸੀਂ ਨਹੀਂ ਕੀਤੀ ਜਾਂ ਇੱਦਾਂ, ਹੁਣ ਵੀ ਇਹਨਾਂ ਨੇ ਇਨਕਾਰ ਕੀਤਾ ਪਰ ਉਹ ਤਾਂ ਸਾਫ਼ ਸਪਸ਼ਟ ਗੱਲ ਸਾਹਮਣੇ ਆ ਜਾਏਗੀ ਇੱਕ ਦੋ ਦਿਨ 'ਚ ਵੀ ਕੀ ਹੋਇਆ ਸਾਰਾ ਕੁਛ। ਹਾਂਜੀ, ਪਰ ਮੁੱਖ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ ਜੀ। ਅਸੀਂ ਕਹਿ ਰਹੇ ਹਾਂ ਡਾਇਲੋਗ ਚੱਲ ਰਹੀ ਹੈ, ਇੱਦਾਂ ਹੋ ਰਿਹਾ, ਸਾਰਾ ਕੁਛ ਹੋ ਰਿਹਾ, ਪਰ ਉਹ ਵੀ ਨਾਲੋ ਨਾਲ ਚੱਲ ਰਿਹਾ। ਕਾਰਗਿਲ ਵਾਲਾ ਵੀ ਉਦੋਂ ਇਹੀ ਗੱਲ ਸੀ ਕਿ ਉੱਧਰ ਬੱਸ ਯਾਤਰਾ ਹੋ ਰਹੀ ਸੀ, ਇੱਧਰ ਕਾਰਗਿਲ ਸਾਰਾ ਕੁਛ ਚੱਲ ਰਿਹਾ ਸੀ। ਸੋ ਭਾਰਤ ਨੂੰ ਮੈਸੇਜ ਦੇਣਾ ਪਏਗਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰਨਾ ਅਸੀਂ। ਡਾਇਲੋਗ ਚੱਲੋ, ਡਾਇਲੋਗ ਚੱਲਣ ਦਿਓ, ਪਰ ਇਸ ਤਰ੍ਹਾਂ ਦੀ ਘਟਨਾਵਾਂ, ਇਹ ਮੈਸੇਜ ਅੰਤਰਰਾਸ਼ਟਰੀ ਮੰਚ ਤੇ ਵੀ ਇਹਨਾਂ ਨੂੰ ਇਹ ਉਠਾਉਣਾ ਪਏਗਾ ਜ਼ੋਰਦਾਰ ਢੰਗ ਨਾਲ ਇਹ ਮੁੱਦਾ। ਰਾਈਟ, ਰੀਸੈਂਟਲੀ ਬੜਾ ਦੇਖਣ ਦੇ ਵਿੱਚ ਆਇਆ ਕਿ ਜਿਹੜਾ ਯੂਥ ਹੈਗਾ ਉਹਨੇ ਆਪਣੀ ਜਿਹੜੀ ਆਵਾਜ਼ ਹੈਗੀ ਹੈ ਉਹਦਾ ਕੀ ਮਹੱਤਵ ਹੈਗਾ ਇਹ ਉਹਨਾਂ ਨੇ ਸਾਰੀ ਦੁਨੀਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਜਦੋਂ ਇਹ ਦੋ ਮੁਲਕਾਂ ਦੀ ਗੱਲ ਛਿੜਦੀ ਹੈ ਤਾਂ ਕਿ ਨੌਜਵਾਨ ਜਿਹੜਾ ਹੈਗਾ ਅੱਜ ਦਾ ਚਾਹੁੰਦਾ ਹੈ ਕਿ ਉਹਨੂੰ ਵੀ ਕਿਤੇ ਨਾ ਕਿਤੇ ਇੱਥੇ ਸਟੈਪ ਇਹਨੂੰ ਹੋਣਾ ਚਾਹੀਦਾ ਹੈਗਾ ਤੇ ਇਹਨਾਂ ਮੁੱਦਿਆਂ ਨੂੰ ਵੀ ਉਹਨਾਂ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਚਾਹੀਦਾ। ਦੇਖਿਆ ਜਾਵੇ ਤਾਂ ਗੁਆਂਢੀ ਮੁਲਕ ਹੈ, ਸਾਡੇ ਵਰਗੀ ਭਾਸ਼ਾ ਬੋਲਦੇ ਨੇ, ਸਾਡੇ ਵਰਗਾ ਉਹਨਾਂ ਦਾ ਖਾਣ ਪੀਣ ਰਹਿਣ ਸਹਿਣ ਹੈਗਾ। ਕੁਛ ਸਾਲ ਪਹਿਲਾਂ, 3-4 ਸਾਲ ਪਹਿਲਾਂ, ਇਹ ਆਪਾਂ ਸਵਾਲ ਜਿਹੜਾ ਹੈਗਾ ਤੁਹਾਡੇ ਤੋਂ ਹੁਣੀ ਇਹਦਾ ਜਵਾਬ ਲੈਂਦੇ ਹਾਂ। ਸਾਡੇ ਨਾਲ ਕਾਲਰ ਜੁੜਿਆ, ਆਪਾਂ ਪਹਿਲਾਂ ਉਹਨਾਂ ਦੀ ਗੱਲ ਕਹੀਏ ਕਿ ਇਸ ਤੋਂ ਪਹਿਲਾਂ ਉਹਨਾਂ ਦੀ ਪੇਸ਼ੈਂਸ ਖਤਮ ਹੋ ਜਾਏ। ਹਾਂਜੀ, ਤੁਹਾਡਾ ਨਾਮ ਕੀ ਹੈ, ਤੁਸੀਂ ਕਿੱਥੋਂ ਬੋਲ ਰਹੇ ਹੋ? ਹਾਂ, ਸਤਿ ਸ਼੍ਰੀ ਅਕਾਲ ਮੈਡਮ, ਮੈਂ ਗੁਰਪ੍ਰੀਤ ਸਿੰਘ ਮਾਛੀਵਾੜਾ ਤੋਂ ਬੋਲ ਰਿਹਾ। ਹਾਂਜੀ ਗੁਰਪ੍ਰੀਤ ਜੀ, ਦੱਸੋ ਕੀ ਕਹਿਣਾ ਚਾਹੋਗੇ? ਅੱਜ ਦਾ ਜਿਹੜਾ ਤੁਸੀਂ ਵਿਸ਼ਾ ਲੈ ਕੇ ਚੱਲੇ ਹੋ ਪਾਕਿਸਤਾਨ ਔਰ ਭਾਰਤ ਦੇ ਰਿਲੇਸ਼ਨ, ਬਹੁਤ ਹੀ ਅੱਛਾ ਵਿਸ਼ਾ ਜਿਹੜਾ ਤੁਸੀਂ ਅੱਜ ਚੁੱਕਿਆ ਹੈਗਾ। ਔਰ ਇਹਦੇ ਨਾਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਜਿੱਦਾਂ ਮੈਡਮ ਜੀ ਕਹਿ ਰਹੇ ਸੀਗੇ ਵੀ ਪੰਜਾਬ ਦੇ ਵਿੱਚ ਜਦੋਂ ਮੈਚ ਹੋਏ ਸੀਗੇ ਮੋਹਾਲੀ ਦੇ ਵਿੱਚ, ਉਸ ਟਾਈਮ ਜੋ ਪਾਕਿਸਤਾਨ ਤੋਂ ਲੋਕ ਦਰਸ਼ਕ ਇੱਥੇ ਆਏ ਸੀਗੇ ਔਰ ਅਸੀਂ ਉਹਨਾਂ ਨੂੰ ਸਿਰ ਮੱਥੇ ਤੇ ਬਿਠਾਇਆ ਸੀ ਔਰ ਸਾਡੇ ਜਿਹੜੇ ਪੰਜਾਬੀ ਭਾਈਚਾਰਾ ਸੀ ਉਹਨੇ ਬਹੁਤ ਉਹਨਾਂ ਨੂੰ ਪਿਆਰ ਦਿੱਤਾ ਸੀ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਮੈਂ ਵੀ ਦੱਸਣਾ ਚਾਹਾਂਗਾ ਵੀ ਮੈਂ ਨਾ ਬਲਾਈਂਡ ਕ੍ਰਿਕਟ ਟੀਮ ਦਾ ਇੰਡੀਆ ਦਾ ਮੈਂ ਪਲੇਅਰ ਹਾਂ। ਹਾਂਜੀ। ਔਰ ਮੈਂ 2004 ਦੇ ਵਿੱਚ ਇੰਡੀਅਨ ਬਲਾਈਂਡ ਕ੍ਰਿਕਟ ਟੀਮ ਦੇ ਨਾਲ ਪਾਕਿਸਤਾਨ ਦਾ ਦੌਰਾ ਕੀਤਾ ਸੀ। ਔਰ ਉਸ ਤੋਂ ਬਾਅਦ ਫਿਰ ਮੈਂ ਨਿਰੰਤਰ ਮੈਂ 3-4 ਵਾਰ ਮੈਂ ਟੀਮ ਦੇ ਨਾਲ ਦੌਰਾ ਕਰ ਚੁੱਕਿਆ। ਤੁਸੀਂ ਤਾਂ ਫਿਰ ਪਾਕਿਸਤਾਨ ਗਏ ਹੋਏ ਹੋ, ਤੁਸੀਂ ਕੀ ਮਹਿਸੂਸ ਕੀਤਾ ਜਦੋਂ ਤੁਸੀਂ ਉਸ ਮੁਲਕ ਵਿੱਚ ਗਏ? ਜੋ ਤੁਸੀਂ ਕਹਿ ਰਹੇ ਹੋ ਨਾ ਕਿ ਜਿਸ ਤਰ੍ਹਾਂ ਦਾ ਆਪਸ ਵਿੱਚ ਪਿਆਰ ਪਬਲਿਕ ਦਾ ਹੈ ਉਹ ਵਾਕਈ ਬਹੁਤ ਅੱਛਾ ਹੈ। ਉੱਥੇ ਦੇ ਜਿਹੜੇ ਲੋਕ ਨੇ, ਹਾਂਜੀ, ਉਹ ਸਾਡੇ ਲੋਕਾਂ ਨਾਲ ਬਹੁਤ ਪਿਆਰ ਕਰਦੇ ਨੇ ਔਰ ਇਸੇ ਤਰ੍ਹਾਂ ਦਾ ਇਹ ਸਬੂਤ ਮੈਨੂੰ ਬਹੁਤ ਅੱਛਾ ਲੱਗਾ ਸੀ ਜਦੋਂ ਮੋਹਾਲੀ ਦੇ ਵਿੱਚ ਇਹ ਅਸੀਂ ਭਾਵਨਾ ਉਹਨਾਂ ਨੂੰ ਦਿੱਤੀ ਸੀ ਨਾ, ਔਰ ਮੈਨੂੰ ਖੁਦ ਨੂੰ ਅੱਛਾ ਲੱਗਾ ਸੀ ਔਰ ਮੈਂ ਬੜਾ, ਮੇਰਾ ਮਨ ਖੁਸ਼ ਹੋਇਆ ਵੀ ਜਿਸ ਤਰ੍ਹਾਂ ਦਾ ਪਿਆਰ ਸਾਨੂੰ ਉਧਰੋਂ ਮਿਲਿਆ ਸੀ ਔਰ ਉਸੇ ਤਰ੍ਹਾਂ ਦਾ ਹੀ ਪਿਆਰ ਸਾਡੇ ਪੰਜਾਬੀ ਭਾਈਚਾਰੇ ਨੇ ਜਿਹੜੇ ਇਹਨਾਂ ਪਲੇਅਰਾਂ ਦੇ ਆਪਣੇ ਦਰਸ਼ਕ ਆਏ ਨੇ ਉਹਨਾਂ ਨੂੰ ਪਿਆਰ ਦਿੱਤਾ ਔਰ ਉਹਦੇ ਨਾਲ ਜ਼ਰੂਰ ਉਹ ਬਰਫ਼ ਪਿਘਲੀ ਸੀ ਔਰ ਇਸ ਤਰ੍ਹਾਂ ਦੇ ਨਿਰੰਤਰ ਜਿਹੜੇ ਯਤਨ ਨੇ ਸਾਡੀਆਂ ਦੋਵਾਂ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਔਰ ਆਪਸ ਦੇ ਵਿੱਚ ਜਿਹੜਾ ਸਾਡਾ ਮੇਲ ਮਿਲਾਪ ਹੈ ਦੋਨੋਂ ਮੁਲਕਾਂ ਦੇ ਆਵਾਮ ਦਾ ਉਹ
ਵੱਡੇ ਲੈਵਲ ਦੇ ਉੱਤੇ ਹੋਣਾ ਚਾਹੀਦਾ। ਹਾਂਜੀ ਬਿਲਕੁਲ ਸਹੀ ਜੀ, ਸਾਨੂੰ ਵੀ ਬੜਾ ਅੱਛਾ ਲੱਗਿਆ ਕਿ ਤੁਸੀਂ ਕਿਸ ਤਰ੍ਹਾਂ ਦੀ ਸੋਚ ਰੱਖਦੇ ਹੋ। ਤੇ ਆਈ ਥਿੰਕ ਜਿੰਨਾ ਜ਼ਿਆਦਾ ਜਿਹੜਾ ਮੇਲ ਮਿਲਾਪ ਹੈਗਾ ਉਹ ਜ਼ਿਆਦਾ ਹੋਵੇ, ਸਪੈਸ਼ਲੀ ਸਾਡੇ ਜਿਹੜੇ ਸਿਟੀਜ਼ਨਸ ਹੈਗੇ ਨੇ ਉਹਨਾਂ ਦੇ ਲੈਵਲ ਦੇ ਉੱਤੇ ਅਗਰ ਜ਼ਿਆਦਾ ਮੇਲ ਮਿਲਾਪ ਹੋਵੇ ਤਾਂ ਆਈ ਥਿੰਕ ਕਾਫ਼ੀ ਇਹੋ ਜਿਹੀਆਂ ਜਿਹੜੀਆਂ ਮਿਸ ਕਮਿਊਨੀਕੇਸ਼ਨ ਜਿਹੜੀ ਇੱਕ ਤਰ੍ਹਾਂ ਦੀ ਹੁੰਦੀ ਹੈ ਉਹਦੇ ਉੱਤੇ ਪਰਦੇ ਪਾਏ ਜਾ ਸਕਦੇ, ਦੂਰ ਹੋ ਸਕਦੇ। ਹਾਂਜੀ ਨਵਕਰਨ, ਤੁਸੀਂ ਕਹਿ ਰਹੇ ਸੀ। ਹਾਂ ਉੱਥੇ ਮੈਂ ਦੱਸ ਰਹੀ ਸੀ ਕਿ 4-5 ਸਾਲ ਪਹਿਲਾਂ ਪੂਰਾ ਇੱਕ ਮਾਹੌਲ ਬਣਾਤਾ ਸੀ ਜਿਹਦੇ 'ਚ ਇਹ ਲੱਗਦਾ ਸੀ ਕਿ ਸ਼ਾਇਦ ਬਹੁਤ ਹੀ ਜਲਦੀ ਭਾਰਤ ਪਾਕਿਸਤਾਨ ਦੀ ਫਿਰ ਜੰਗ ਸ਼ੁਰੂ ਹੋ ਜੂ। ਅਤੇ ਮੈਨੂੰ ਯਾਦ ਹੈ ਕਿ ਉਦੋਂ ਨੌਜਵਾਨਾਂ ਨੇ ਇੱਕ ਵੱਡੀ ਮੁਹਿੰਮ ਜਿਹੜੀ ਐਂਟੀ ਵਾਰ ਮੁਹਿੰਮ ਕਾਨਫਰੰਸਾਂ ਦੇ ਰੂਪ 'ਚ, ਮੀਟਿੰਗਾਂ ਦੇ ਰੂਪ 'ਚ, ਕਨਵੈਨਸ਼ਨਾਂ ਦੇ ਰੂਪ 'ਚ ਚਲਾਈ ਸੀ ਪੂਰੇ ਦੇਸ਼ 'ਚ। ਅਤੇ ਮੈਨੂੰ ਲੱਗਦਾ ਕਿ ਕੋਈ ਨੌਜਵਾਨ ਵੀ ਨਹੀਂ ਚਾਹੁੰਦਾ, ਕਿ ਨੌਜਵਾਨ ਖੁਦ ਚਾਹੁੰਦੇ ਨੇ ਕਿ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਵੇ ਅਤੇ ਇੱਕ ਜਿਹੜਾ ਹੈ ਇੱਕ ਵਧੀਆ ਰਿਲੇਸ਼ਨਸ ਦੋਨਾਂ 'ਚ ਦੇਸ਼ਾਂ 'ਚ ਆਪਸ 'ਚ ਬਿਲਡ ਕੀਤੇ ਜਾਣ। ਬਿਲਕੁਲ ਬਿਲਕੁਲ, ਸਾਡੇ ਨਾਲ ਕਾਲਰ ਜੁੜੇ ਨੇ, ਅਸੀਂ ਉਹਨਾਂ ਦੀ ਗੱਲ ਸੁਣਨਾ ਚਾਹਾਂਗੇ। ਹਾਂਜੀ ਤੁਸੀਂ ਕਿੱਥੋਂ ਬੋਲ ਰਹੇ ਹੋ, ਕੀ ਨਾਮ ਹੈ ਤੁਹਾਡਾ? ਹਾਂ ਮੈਡਮ, ਰਾਜਸਥਾਨ ਤੋਂ ਬੋਲ ਰਹਾ ਹਾਂ, ਅਰਵਿੰਦ ਸਿੰਘ ਨਾਮ ਹੈ। ਹਾਂਜੀ ਹਾਂਜੀ, ਰਾਜਸਥਾਨ ਸੇ ਬੋਲ ਰਹੇ ਹੈ, ਆਪ ਬਤਾਈਏ ਕਿਆ ਕਹਿਣਾ ਚਾਹੇਂਗੇ? ਮੈਂ ਇਹ ਕਹਿਣਾ ਚਾਹਤਾ, ਮੈਂ ਖੁਦ ਐਨਸੀਸੀ ਕੈਡੇਟ ਹੂੰ ਜੀ। ਜਿਸ ਪ੍ਰਕਾਰ ਸੇ ਪਾਕਿਸਤਾਨ ਕੀ ਇਹ ਗਲਾ ਕਾਟ ਕੇ ਲੈ ਕੇ ਗਏ ਸਾਥ ਮੇ ਜੀ, ਤੋ ਇਹ ਭਾਰਤ ਕੋ ਇੱਕ ਖੁੱਲੀ ਚੁਣੌਤੀ ਹੈ। ਖੁੱਲੀ ਚੁਣੌਤੀ ਹੈ, ਕਿਸ ਕਿਸ ਤਰ੍ਹਾਂ ਕੀ ਚੁਣੌਤੀ ਮਾਨਤੇ ਆਪ ਇਸਕੋ? ਇਸਕੋ ਯੂਥ ਕੀ ਚੁਣੌਤੀ ਹੈ, ਬਾਕੀ ਕਿਆ ਹੈ, ਸਿੱਧੀ ਸੀ ਦੇਖਨੇ ਕੀ ਬਾਤ ਹੈ ਇਹ। ਜੈਸੇ ਭਾਰਤ ਕੋ ਚੁਣੌਤੀ ਦੀ ਹੈ ਸਿੱਧੀ ਇਸਨੇ ਜੀ, ਔਰ ਇਹ ਭਾਰਤ ਕੇ ਨੇਤਾ ਹੈ ਜੋ ਕੁਛ ਨਹੀਂ ਕਰ ਰਹੇ ਔਰ ਬਿਆਨ ਦੇ ਰਹੇ ਹੈ। ਜੈਸੇ ਹਮਨੇ ਸੁਣਾ ਅਭੀ ਥੋੜੀ ਦੇਰ ਪਹਿਲੇ ਰਕਸ਼ਾ ਮੰਤਰੀ ਕਾ ਕਿਸਕਾ ਥਾ ਜੀ, ਤੋ ਇਹ ਕਾਬਿਲ ਨਹੀਂ ਹੈ, ਦੇਸ਼ ਕੇ ਕਾਬਿਲ ਨਹੀਂ ਹੈ, ਇਸ ਲਈ ਦੇਸ਼ ਕੋ ਭਾਰਤ ਕੋ ਜਵਾਬ ਦੇਣਾ ਚਾਹੀਏ, ਔਰ ਭਾਰਤ ਸਰਕਾਰ ਜਵਾਬ ਨਹੀਂ ਦੇਤੀ ਹੈ ਤੋ ਸੈਨਾ ਪ੍ਰਮੁੱਖ ਕੋ ਜਵਾਬ ਦੇਣਾ ਚਾਹੀਏ ਔਰ ਐਕਸ਼ਨ ਲੈਣਾ ਚਾਹੀਏ ਇਸਕੇ ਖਿਲਾਫ ਜੀ। ਹਮਾਰੇ ਸਾਥ ਬਾਤ, ਬਹੁਤ ਬਹੁਤ ਧੰਨਵਾਦ। ਇੱਕ ਹਮਾਰੇ ਸਾਥ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਨਾ ਚਾਹਾਂਗੇ। ਹਾਂਜੀ ਤੁਹਾਡਾ ਕੀ ਨਾਮ ਹੈ, ਤੁਸੀਂ ਕਿੱਥੋਂ ਬੋਲ ਰਹੇ ਹੋ? ਹੈਲੋ ਮੈਡਮ, ਮੇਰਾ ਨਾਮ ਗੁਰਸ਼ਾਨ ਸਿੰਘ ਹੈ। ਹਾਂਜੀ ਤੇ ਮੈਡਮ ਮੈਂ ਗੱਲ ਕਰਨਾ ਚਾਹੁੰਦਾ। ਦੱਸੋ। ਤੇ ਮੈਡਮ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਜੇ ਤੁਸੀਂ ਆਪਾਂ ਪੰਜਾਬ ਇੰਡੀਆ ਦੀ ਗੱਲ ਕਰ ਲਈਏ, ਜੇ ਆਪਾਂ ਜਵਾਬੀ ਹਮਲਾ ਦੇਵਾਂਗੇ ਉਹਨਾਂ ਨਾਲ ਗੱਲ ਕਰਾਂਗੇ ਤਾਂ ਮੈਡਮ ਆਪਣੇ ਗੱਲ ਗਲਤ ਹੋਏਗੀ। ਆਪਾਂ ਤਾਂ ਉਹਨਾਂ ਨਾਲ ਜਵਾਬੀ ਹਮਲਾ ਨਾ ਦੇਈਏ, ਆਪਾਂ ਪਿਆਰ ਮੁਹੱਬਤ ਨਾਲ ਪੁੱਛੀਏ ਕੀ ਗੱਲ ਹੋਈ ਹੈ, ਕੀ ਬਾਤ ਹੈ ਜੀ। ਹਾਂਜੀ ਤਾਂ ਇਸ ਕਰਕੇ ਆਪਾਂ ਨਾਲ ਗੱਲ ਕਰਨਾ ਚਾਹੀਦਾ, ਲੱਗਦਾ ਕਿ ਜੋ ਉਹਨਾਂ ਨੇ ਹਰਕਤ ਕੀਤੀ ਉਹਦੇ ਉੱਤੇ ਸਾਨੂੰ ਰਿਐਕਟ ਨਹੀਂ ਕਰਨਾ ਚਾਹੀਦਾ ਤੇ ਉਹਨਾਂ ਦੇ ਨਾਲ ਪਿਆਰ ਮੁਹੱਬਤ ਨਾਲ ਜਿਹੜੀ ਗੱਲ ਹੈਗੀ ਹੈ ਉਹੀ ਜਾਰੀ ਰੱਖਣੀ ਚਾਹੀਦੀ ਹੈ। ਤਾਂ ਤੁਹਾਨੂੰ ਲੱਗਦਾ ਕਿ ਠੀਕ ਹੈ ਭਾਵੇਂ ਜਿਹੜਾ ਹੈਗਾ ਥੋੜਾ ਸਮਾਂ ਲੱਗ ਜਾਵੇ ਮਗਰ ਸ਼ਾਇਦ ਜਿਹੜੇ ਇਸ਼ੂਜ਼ ਹੈਗੇ ਨੇ, ਪ੍ਰੋਬਲਮਸ ਹੈਗੀਆਂ ਨੇ, ਉਹਨਾਂ ਦੇ ਕੋਈ ਨਾ ਕੋਈ ਅੱਛੇ ਹੈਲਦੀ ਰਿਜ਼ਲਟ ਜਿਹੜੇ ਹੈਗੇ ਨੇ ਉਹ ਨਿਕਲ ਕੇ ਸਾਹਮਣੇ ਆ ਸਕਦੇ ਨੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿੰਦਰਜੀਤ ਜੀ, ਤੁਸੀਂ ਸੁਣਿਆ, ਇੱਕ ਤਾਂ ਐਨਸੀਸੀ ਕੈਡਿਟ ਸੀਗੇ ਰਾਜਸਥਾਨ ਤੋਂ ਜਿਨ੍ਹਾਂ ਨੇ ਕਿਹਾ ਕਿ ਵੀ ਇੱਕ ਇਹੋ ਜਿਹੀ ਮਤਲਬ ਸਿਰਫ ਇਹ ਗੱਲਬਾਤ ਹੀ ਕਰਕੇ ਜਿਹੜੇ ਹੈਗੇ ਨੇ ਸਾਰੇ ਮਸਲੇ ਨਹੀਂ ਸੁਲਝਾਏ ਜਾ ਸਕਦੇ ਤੇ ਜਿਹੜੇ ਰੱਖਿਆ ਮੰਤਰੀ ਹੈਗੇ ਉਹਨਾਂ ਨੂੰ ਅੱਗੇ ਆ ਕੇ ਜਿਹੜਾ ਹੈਗਾ ਇਹਨਾਂ ਚੀਜ਼ਾਂ ਬਾਰੇ ਬੜੇ ਖੁੱਲ੍ਹ ਕੇ ਬੋਲਣਾ ਚਾਹੀਦਾ। ਤੇ ਇੱਕ ਪਾਸੇ ਸਾਡੇ ਕਾਲਰ ਹੈਗੇ ਨੇ ਜਿਹੜੇ ਕਹਿ ਰਹੇ ਨੇ ਕਿ ਠੀਕ ਹੈ ਜੋ ਹੋਇਆ ਹੋਇਆ ਉਹਨਾਂ ਨਾਲ ਪਿਆਰ ਦੇ ਨਾਲ ਇਸ ਨੂੰ ਟੈਕਲ ਕਰਨਾ ਚਾਹੀਦਾ। ਇਹ ਜਿਹੜਾ ਹੈਗਾ ਮਿਕਸ ਰਿਐਕਸ਼ਨ ਜਿਹੜੇ ਹੈਗੇ ਨੇ ਇਹ ਤਾਂ ਐਡਾ ਵੱਡਾ ਮੁਲਕ ਹੈ, ਉਹ ਤਾਂ ਹਰ ਪਾਸੇ ਆਉਣਗੇ ਉਹ ਆਉਣਗੇ ਜੀ। ਇਹ ਦੂਜੀ ਉਹਨਾਂ ਨੇ ਵੀ ਗੱਲ ਠੀਕ ਕਹੀ ਹੈ ਕਿ ਖੁੱਲੀ ਚੁਣੌਤੀ ਹੈ। ਖੁੱਲੀ ਚੁਣੌਤੀ ਏਦਾਂ ਕਿ ਉਹ 100 ਮੀਟਰ ਅੰਦਰ ਆ ਗਏ ਜੀ, ਮਤਲਬ ਇੰਡੀਅਨ ਸਾਈਡ ਤੇ 100 ਮੀਟਰ ਅੰਦਰ ਆ ਗਏ, ਬਹੁਤ ਵੱਡੀ ਗੱਲ ਹੈ ਕਿ ਉਹਨਾਂ ਦੀ ਫੌਜ 100 ਮੀਟਰ ਇੰਡੀਅਨ ਅੰਦਰ ਤੇ ਉੱਥੇ ਜਵਾਨਾਂ ਨੂੰ ਮਾਰ ਕੇ ਫਿਰ ਚਲੇ ਜਾਓ। ਖੁੱਲੀ ਚੁਣੌਤੀ ਹੈ, ਠੀਕ ਹੈ, ਉਹ ਪਿਆਰ ਨਾਲ ਗੱਲ ਚੱਲਣੀ ਚਾਹੀਦੀ ਹੈ, ਉਹ 'ਚ ਕੋਈ ਸ਼ੱਕ ਨਹੀਂ, ਕਿਤੇ ਸਾਨੂੰ ਆਪਣਾ ਸਟੈਂਡ ਲੈਣਾ ਚਾਹੀਦਾ, ਲੜਨਾ ਪਏਗਾ, ਇਹ ਲੈਣਾ ਪਏਗਾ ਕਿਉਂਕਿ ਆਉਣ ਨਹੀਂ ਇਹ ਘਟਨਾਵਾਂ ਬਣਨਗੀ। ਜਦੋਂ ਉਹਨਾਂ ਨੂੰ ਲੱਗਿਆ ਪਾਕਿਸਤਾਨ ਪਾਸੇ ਨੂੰ ਵੀ ਇਹ ਕੋਈ ਜਵਾਬ ਨਹੀਂ ਦੇ ਰਹੇ ਤਾਂ ਉਹ ਰਿਪੀਟ ਕਰਨਗੇ ਇਸ ਦੀਆਂ ਘਟਨਾਵਾਂ ਹੋਣਗੀਆਂ। ਪਿਛਲੇ ਸਾਲ ਹੀ 72 ਵਾਰ ਤਾਂ ਇਹਨਾਂ ਨੇ ਉਲੰਘਣਾ ਕੀਤਾ ਜਿਹੜੀ ਹੋਈ ਇਹਨਾਂ ਵੱਲੋਂ ਹੋਈ ਹੈ। ਜਿੰਦਰਜੀਤ ਜੀ, ਹਾਂਜੀ ਹੁਣੀ ਤੁਹਾਡੇ ਕੋਲ ਵਾਪਸ ਆ ਰਹੇ ਹਾਂ ਬ੍ਰੇਕਫਾਸਟ ਨਿਊਜ਼ ਪੰਜਾਬੀ ਵਿੱਚ। ਹੁਣ ਵਕਤ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ, ਤੁਸੀਂ ਸਾਡੇ ਨਾਲ ਬਣੇ ਰਹੋ। ਹਾਂਜੀ ਜਿੰਦਰਜੀਤ, ਮੈਂ ਤੁਹਾਡੇ ਕੋਲ ਆਵਾਂਗੀ। ਆਪਣੇ ਕੋਲ 2 ਸੁਰਖੀਆਂ ਨੇ ਇਹੋ ਜਿਹੀਆਂ ਜਿਹੜੀਆਂ ਹਾਲੇ ਡਿਸਕਸ ਕਰਨੀਆਂ ਬਾਕੀ ਨੇ। ਇੱਕ ਤਾਂ ਯੂਥ ਅਕਾਲੀ ਦਲ ਆਗੂ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਇੱਕ ਪੁਲਿਸ ਚੌਕੀ ਦੇ ਜਿਹੜੇ ਮੁਖੀ ਹੈ ਅਮਲੋਹ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਕਰਨਾ, ਉਹਨਾਂ ਨੂੰ ਥੱਪੜ ਮਾਰਨਾ, ਇਹ ਕੀ ਦੱਸਦਾ? ਬੜੀ ਸ਼ਰਮਨਾਕ ਵਿਡੰਬਨਾ ਹੈ ਕਿ ਪੁਲਿਸ ਜਿਸ ਤੇ ਲੋਕਾਂ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਉਹ ਸੁਰੱਖਿਅਤ ਨਹੀਂ ਸੂਬੇ ਵਿੱਚ। ਹਾਂਜੀ ਹਲੇ ਅੰਮ੍ਰਿਤਸਰ ਵਾਲਾ ASI ਕਾਂਡ ਜਦੋਂ ਸ਼ਰੇ ਅਵਜ਼ਾਰ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਮੈਨੂੰ ਲੱਗਦਾ ਮਹੀਨਾ ਨਹੀਂ ਹੋਇਆ ਹਲੇ। ਉਸ ਤੋਂ ਬਾਅਦ ਸੰਨੀ ਜੌਹਰ ਲੁਧਿਆਣੇ ਵਾਲਾ SSP ਦੀ ਉਹਨਾਂ ਨੇ ਮਤਲਬ ਲੱਤ ਤੋੜੀ ਆ, ਤੇ ਉਸ ਤੋਂ ਬਾਅਦ ਇਹ ਹੋ ਗਿਆ। ਹਲੇ ਮੈਨੂੰ ਯਾਦ ਆਇਆ 5-7 ਦਿਨਾਂ ਪਹਿਲਾਂ ਆਪਣਾ ਉਪ ਮੁੱਖ ਮੰਤਰੀ ਉਹਨਾਂ ਦਾ ਸਟੇਟਮੈਂਟ ਆਇਆ ਸੀ ਕਿ ਪੰਜਾਬ ਦੇ ਦੀ ਕਾਨੂੰਨ ਤੇ ਵਿਵਸਥਾ ਹੋਰਨਾਂ ਸੂਬਿਆਂ ਨਾਲੋਂ ਬਿਹਤਰ ਹੈ ਜੀ। ਸਵਾਲ ਪੁੱਛਿਆ ਜਾ ਸਕਦਾ ਵੀ ਕਾਨੂੰਨ ਤੇ ਵਿਵਸਥਾ ਬਿਹਤਰ ਹੈ, ਇਸ ਨੂੰ ਤੁਸੀਂ ਬਿਹਤਰ ਕਹਿ ਸਕਦੇ ਹੋ ਕਿ ਜਿੱਥੇ ਪੁਲਿਸ ਹੀ ਸੁਰੱਖਿਅਤ ਨਹੀਂ ਹੈਗੀ? ਬਿਲਕੁਲ ਬਿਲਕੁਲ,
ਨਾਲੇ ਉਹ ਵੀ ਜਿਹੜੇ ਆਪਦੇ ਮਤਲਬ ਪੋਲੀਟੀਸ਼ੀਅਨਸ ਜਿਹੜੇ ਹੈਗੇ ਨੇ ਜਾਂ ਜਿਹੜੇ ਬਡਿੰਗ ਪੋਲੀਟੀਸ਼ੀਅਨਸ ਹੈਗੇ ਨੇ ਉਹਨਾਂ ਦੇ ਹੀ ਹੱਥੋਂ ਸੁਰੱਖਿਅਤ ਹੈਗੇ ਇਹਨਾਂ ਦਾ ਆਪਸੀ ਜਿਹੜਾ ਤਾਲਮੇਲ ਹੈਗਾ ਉਹ ਤਾਲਮੇਲ ਹੁਣ ਇਹਨਾਂ ਨੇ ਕੀਤਾ ਜਦੋਂ ASI ਦਾ ਕਾਂਡ ਹੋਇਆ ਉਦੋਂ ਕਹਿੰਦੇ ਸੀ ਵੀ ਜੋ ਮਾੜੇ ਅਨਸਰ ਪਾਰਟੀ ਚ ਆ ਗਏ ਨੇ ਉਹਨਾਂ ਨੂੰ ਅਸੀਂ ਕੱਢਾਂਗੇ ਪਰ ਬਿਆਨ ਦੇਣ ਨਾਲ ਸਟੇਟਮੈਂਟ ਨਾਲ ਕੋਈ ਗੱਲ ਨਹੀਂ ਬਣਨੀ ਜੇ ਉਹਨਾਂ ਨੂੰ ਕੱਢਿਆ ਜਾਏਗਾ ਇਹ ਪੰਜਾਬ ਲਈ ਤਾਂ ਫਾਇਦੇ ਵਾਲੀ ਗੱਲ ਹੀ ਹੈ ਪਾਰਟੀ ਲਈ ਹੋਵੇਗੀ ਪਾਰਟੀ ਦੇ ਲੋਕਾਂ ਚ ਇਹ ਮੈਸੇਜ ਆ ਰਿਹਾ ਕਿ ਪਾਰਟੀ ਵਿੱਚ ਇਸ ਤਰ੍ਹਾਂ ਦੇ ਮਤਲਬ ਮਾੜੇ ਅਨਸਰ ਆ ਗਏ ਨੇ ਜੋ ਪਰਵਾਹ ਨਹੀਂ ਕਰਦੇ ਪੁਲਿਸ ਨੂੰ ਮਤਲਬ ਉਹ ਨਿਸ਼ਾਨਾ ਬਣਾਉਣ ਤੋਂ ਕਤਰਾਉਂਦੇ ਨਹੀਂ ਰਾਈਟ ਇੱਥੇ ਜੇ ਆਪਾਂ ਇੱਕ ਨੌਜਵਾਨ ਨੂੰ ਲੈ ਕੇ ਆਈਏ ਤੁਹਾਡੇ ਸਾਹਮਣੇ ਕੀ ਤੁਸੀਂ ਪੁਲਿਸ ਨੂੰ ਸੀਰੀਅਸਲੀ ਲੈਂਦੇ ਮੈਂ ਇੱਥੇ ਗੱਲ ਕਰਨਾ ਜੋ ਤੁਸੀਂ ਇੱਕ ਰੈਵੋਲਿਊਸ਼ਨਰੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ ਤੁਸੀਂ ਉਹਦੇ ਨਾਲ ਜੁੜੇ ਹੋਏ ਹੋ ਜਦੋਂ ਵੀ ਤੁਸੀਂ ਕਿਸੇ ਮੁੱਦੇ ਉੱਤੇ ਪ੍ਰੋਟੈਸਟ ਕਰਦੇ ਹੋ ਸੜਕਾਂ ਤੇ ਉਤਰਦੇ ਹੋ ਕੀ ਤੁਸੀਂ ਪੁਲਿਸ ਵੱਲੋਂ ਦਿੱਤੀਆਂ ਗਈਆਂ ਸਟੇਟਮੈਂਟਸ ਜਾਂ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਅਗਰ ਮਦਦ ਵੀ ਕਰਨ ਦੀ ਕੋਸ਼ਿਸ਼ ਕਰਦੇ ਕੀ ਤੁਸੀਂ ਉਹਨਾਂ ਚੀਜ਼ਾਂ ਨੂੰ ਸੀਰੀਅਸਲੀ ਲੈਂਦੇ ਹੋ ਸਾਡੇ ਨਾਲ ਤਾਂ ਦੇਖੋ ਜੀ ਪੁਲਿਸ ਦਾ ਬਹੁਤ ਨੇੜਲਾ ਸੰਬੰਧ ਹੈ ਕਿਉਂਕਿ ਜਦੋਂ ਵੀ ਅਸੀਂ ਜੇ ਤਾਂ ਕੋਈ ਜੈਨੂਅਨ ਆਪਣੇ ਕਿਸੇ ਲਈ ਮਸਲੇ ਲਈ ਕੋਈ ਬੰਦਾ ਪੁਲਿਸ ਕੋਲ ਜਾਂਦਾ ਤਾਂ ਪੁਲਿਸ ਤੁਹਾਡੀ ਗੱਲ ਨਹੀਂ ਸੁਣਦੀ ਤੇ ਜਦੋਂ ਅਸੀਂ ਕੋਈ ਪ੍ਰੋਟੈਸਟ ਦੇ ਰੂਪ ਚ ਜਾਂ ਕੋਈ ਧਰਨਾ ਮਾਰਨ ਜਾਂਦੇ ਹਾਂ ਕਿਤੇ ਤਾਂ ਉਹੀ ਪੁਲਿਸ ਉਦੋਂ ਆ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਸਾਨੂੰ ਰੋਕੂ ਵੀ ਤੇ ਕਹਿਣਗੇ ਬੈਠ ਕੇ ਗੱਲ ਕਰੋ ਇਹ ਪੁਲਿਸ ਉਦੋਂ ਗੱਲ ਕਿਉਂ ਨਹੀਂ ਸੁਣਦੀ ਜਦੋਂ ਅਸੀਂ ਆਪ ਉਹਨਾਂ ਕੋਲ ਜਾਂਦੇ ਹਾਂ ਉਹ ਇਹ ਉਦੋਂ ਹੀ ਸਾਡੇ ਸਾਹਮਣੇ ਆਉਂਦੇ ਨੇ ਜਦੋਂ ਅਸੀਂ ਉਹਨਾਂ ਦੇ ਕੰਨ ਖੋਲਣ ਲਈ ਸੜਕਾਂ ਤੋਂ ਉੱਤਰ ਰਹੇ ਸੀ ਗੱਲ ਕੀਤੀ ਜਿਹੜੇ ਯੂਥ ਲੀਡਰਸ ਨੇ ਜਾਂ ਵੈਸੇ ਪੋਲੀਟੀਸ਼ੀਅਨਸ ਦੀ ਆਪਾਂ ਗੱਲ ਕਰੀਏ ਉਹਨਾਂ ਪ੍ਰਤੀ ਤੁਸੀਂ ਕੀ ਨਜ਼ਰੀਆ ਰੱਖਦੇ ਹੋ ਕਿਉਂਕਿ ਉਹ ਤੁਹਾਡੇ ਵਿੱਚੋਂ ਹੀ ਉੱਭਰ ਕੇ ਆਉਂਦੇ ਨੇ ਪਲੇਟਫਾਰਮ ਦੇ ਉੱਤੇ ਇਹ ਜਿਹੜੇ ਇੱਕ ਪੂਰੀ ਚੇਨ ਪਿਛਲੇ ਦਿਨਾਂ ਚ ਅਸੀਂ ਦੇਖੀ ਹੈ ਕਿ ਯੂਥ ਅਕਾਲੀ ਦਲ ਦੇ ਲੀਡਰਾਂ ਵੱਲੋਂ ਪਹਿਲਾਂ ਅੰਮ੍ਰਿਤਸਰ ਚ ASI ਨੂੰ ਮਾਰਿਆ ਗਿਆ ਫਿਰ ਲੁਧਿਆਣੇ ਦੀ ਘਟਨਾ ਹੁਣ ਅਮਲੋਹ ਦੀ ਘਟਨਾ ਮੈਨੂੰ ਲੱਗਦਾ ਇੱਕ ਪੂਰਾ ਕਿਤੇ ਨਾ ਕਿਤੇ ਇੱਕ ਮਾਇੰਡ ਸੈਟ ਉਹਨਾਂ ਦਾ ਇਦਾਂ ਦਾ ਬਣ ਗਿਆ ਕਿ ਹੁਣ ਅਸੀਂ ਜੋ ਮਰਜ਼ੀ ਚਾਹੇ ਕਰ ਸਕਦੇ ਹਾਂ ਇਹਨਾਂ ਨੇ ਸਿਸਟਮ ਕੀਤਾ ਕਿ ਵਿਰੋਧੀ ਧਿਰ ਕਾਂਗਰਸ ਵੀ ਦੋਸ਼ ਲਾ ਰਹੀ ਹੈ ਕਿ ਜੋ ਥਾਣੇ ਸੀ ਉਹਨਾਂ ਦੀ ਇਸ ਤਰ੍ਹਾਂ ਨਾਲ ਇਹਨਾਂ ਨੇ ਹਲਕਾਬੰਦੀ ਕਰਤੀ ਕਿ ਇੱਕ ਮਤਲਬ ਜਥੇਦਾਰ ਤੇ ਕੁਛ ਨਾ ਕੁਛ ਮਤਲਬ ਰੂਪ ਚਲਾ ਸਕਦਾ ਥਾਣੇਦਾਰ ਨੂੰ ਆਪਣੇ ਮੁਤਾਬਕ ਕਹਿ ਸਕਦਾ ਇਸ ਤਰ੍ਹਾਂ ਨਾਲ ਹੋਇਆ ਇਨਡਾਇਰੈਕਟਲੀ ਇਸ ਤਰ੍ਹਾਂ ਹੋਇਆ ਹਾਲਾਂਕਿ ਸਰਕਾਰ ਡਿਨਾਈ ਕਰ ਰਹੀ ਹੈ ਇਸ ਤਰ੍ਹਾਂ ਦਾ ਕੁਛ ਨਹੀਂ ਪਰ ਇਹ ਹੈ ਵੀ ਜਥੇਦਾਰਾਂ ਦਾ ਰੋਲ ਮਤਲਬ ਥਾਣਿਆਂ ਚ ਸਿੱਧਾ ਹੋ ਰਿਹਾ ਆਲਰਾਈਟ ਸਾਡੇ ਨਾਲ ਦੋ ਕਾਲਰ ਜੁੜੇ ਹੋਏ ਨੇ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਹਾਂਜੀ ਤੁਸੀਂ ਦੱਸੋਗੇ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਬੋਲ ਰਹੇ ਹੋ ਹੈਲੋ ਹਾਂਜੀ ਹੈਲੋ ਤੁਸੀਂ ਸਾਨੂੰ ਆਪਣਾ ਨਾਮ ਦੱਸੋਗੇ ਤੇ ਕਿੱਥੋਂ ਬੋਲ ਰਹੇ ਹੋ ਗੁਰਮੀਤ ਸਿੰਘ ਬੋਲ ਰਿਹਾ ਜੀ ਮੋਹਾਲੀ ਤੋਂ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਮੈਮ ਜਿਹੜਾ ਹੋ ਰਿਹਾ ਗੋਲੀਬਾਰ ਜਿਹੜੀ ਜਾਤੀਆਂ ਹੋ ਰਹੀਆਂ ਸਾਡੇ ਪੰਜਾਬ ਵਿੱਚ ਇਹ ਬਹੁਤ ਮੰਦਭਾਗੀ ਘਟਨਾ ਨੇ ਔਰ ਇਹ ਮੈਮ ਇਹ ਸਾਡਾ ਜਿਹੜਾ ਅੱਜ ਕੱਲ ਸਮਾਜ ਜਿਸ ਤਰ੍ਹਾਂ ਵਿਚਰ ਰਿਹਾ ਉਹ ਸਭ ਉਹਦੀ ਦੇਣ ਹੈ ਉਹ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਜਿਹੜਾ ਸਾਡਾ ਸਮਾਜ ਤੁਹਾਡੇ ਹਿਸਾਬ ਨਾਲ ਕਿਸ ਤਰ੍ਹਾਂ ਦਾ ਵਿਚਰ ਰਿਹਾ ਸਮਾਜ ਮੈਮ ਕਿਸ ਤਰ੍ਹਾਂ ਸਮਾਜ ਹਰੇਕ ਆਪਣਾ ਪੈਸੇ ਲਾਲਚ ਫਿਰ ਰਿਹਾ ਇਹ ਇੱਕ ਦੂਜੇ ਨੂੰ ਕੁੱਟ ਰਿਹਾ ਆਪਣਾ ਦਿਖਾਵਾ ਕਰਨਾ ਜਾਂਦਾ ਉਹ ਬਾਹਰ ਦਿਖਾਵਾ ਦਿਖ ਰਿਹਾ ਸਾਰਾ ਕੁਛ ਇਹ ਸਭ ਦਿਖਾਵਾ ਹੋਰ ਕੁਛ ਨਹੀਂ ਹੈ ਮੈਮ ਜੀ ਸਾਰਾ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਕਾਲਰ ਨੂੰ ਸੁਣਿਆ ਨਵਕਿਰਨ ਸਭ ਦੇ ਆਪਣੇ ਆਪਣੇ ਜਿਹੜੇ ਵਿਊ ਪੁਆਇੰਟਸ ਹੈਗੇ ਨੇ ਕੋਈ ਇੱਥੇ ਲੈ ਕੇ ਆਉਂਦਾ ਕਿ ਕੋਈ ਜ਼ਿਆਦਾ ਪੈਸੇ ਵੱਲ ਭੱਜ ਰਿਹਾ ਇਟ ਮੀਨਸ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਹੈਗੀ ਹੈ ਉਹ ਇੱਕ ਰੂਟ ਕੌਜ਼ ਬਣੀ ਹੋਈ ਹੈ ਹਰ ਪ੍ਰੋਬਲਮ ਦੇ ਲਈ ਜੋ ਅਸੀਂ ਫੇਸ ਕਰਦੇ ਹਾਂ ਜੋ ਹੈਡਲਾਈਨਸ ਬਣਦੀਆਂ ਨੇ ਉਹਦੇ ਪਿੱਛੇ ਹਾਂਜੀ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਹਾਂਜੀ ਤੁਸੀਂ ਆਪਣਾ ਨਾਮ ਦੱਸੋਗੇ ਕਿੱਥੋਂ ਬੋਲ ਰਹੇ ਹੋ ਜੰਮੂ ਤੋਂ ਹੀ ਬੋਲ ਰਹੇ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੇ ਪੂਜਿਆਂ ਬਾਰੇ ਜੀ ਹਾਂਜੀ ਹਾਂਜੀ ਜੰਮੂ ਦੇ ਘਾਟ ਦੇ ਏਰੀਆ ਬਾਰੇ ਤੋਂ ਬੋਲ ਰਹੇ ਜੀ ਜੀ ਜੇ ਦੇਖੋ ਨਾ ਰੋਜ਼ ਇਹ ਘਟਨਾ ਹੋ ਰਹੀ ਹੈ ਇਹ ਸਰਕਾਰ ਸਾਰੀ ਚੁੱਪ ਕਰਕੇ ਬੈਠੀ ਹੋਈ ਹੈ ਜੀ ਤੇ ਇਹਦੇ ਨਾਲ ਤੇ ਦੇਖੋ ਨਾ ਜਿਹਦੇ ਘਰ ਜ਼ਖਮ ਹੁੰਦਾ ਦਰਦ ਤੇ ਉਹਨੂੰ ਹੁੰਦੀ ਹੈ ਨਾ ਇਹ ਚੁੱਪ ਕਰਕੇ ਬੈਠੇ ਦੇਖੋ ਨਾ ਇਹ ਲੀਡਰ ਲੋਕ ਤੇ ਚੁੱਪ ਕਰਕੇ ਬੈਠੇ ਹੋਏ ਘਰ ਆਪਣੇ ਜਿਹੜੇ ਫੌਜੀ ਵਿਚਾਰੇ ਇੰਨੀ ਠੰਡ ਚ ਮਰ ਰਹੇ ਨੇ ਲੇਕਿਨ ਇਹਦੇ ਬਾਰੇ ਕੋਈ ਨਾ ਸੋਚਦਾ ਹੀ ਨੀ ਕੋਈ ਨੀ ਬਿਲਕੁਲ ਬਿਲਕੁਲ ਤੁਸੀਂ ਸਰਕਾਰ ਦੀ ਚੁੱਪੀ ਦੇ ਉੱਤੇ ਸਵਾਲ ਚੁੱਕ ਰਹੇ ਹੋ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਮੈਂ ਇੱਥੇ ਤੀਸਰੀ ਜਿਹੜੀ ਸਾਡੀ ਖਬਰ ਹੈਗੀ ਹੈ ਮੇਨ ਖਬਰ ਉਹ ਤੇ ਲੈ ਕੇ ਜਾਣਾ ਚਾਹਾਂਗੀ ਤੁਹਾਡਾ ਧਿਆਨ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਹੜੇ ਤਿੰਨ ਹਵਾਲਾਤੀ ਹੈਗੇ ਨੇ ਉਹ ਫਰਾਰ ਹੋਏ ਨੇ ਜੇਲ੍ਹ ਦੀਆਂ ਸਲਾਖਾਂ ਨੂੰ ਕੱਟ ਕੇ ਕੰਧ ਨੂੰ ਟੱਪ ਕੇ ਉਹ ਗਏ ਨੇ ਨੌ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਜਿਹੜੇ ਮੁੱਖ ਮੰਤਰੀ ਹੈਗੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਜਾਂਚ ਦੇ ਹੁਕਮ ਦਿੱਤੇ ਨੇ ਤੁਹਾਨੂੰ ਕੀ ਲੱਗਦਾ ਹੈ ਇਹਨੂੰ ਦੇਖ ਕੇ ਕਿ ਠੀਕ ਹੈ ਉਹ ਫਰਾਰ ਹੋ ਗਏ ਅੰਮ੍ਰਿਤਸਰ ਦੀ ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਹੈਗੀ ਹੈ ਤੇ ਮਹਾਈ ਸਿਕਿਉਰਿਟੀ ਵਾਲੀ ਜਿਹੜੀ ਜੇਲ੍ਹ ਹੈਗੀ ਉਹਦੇ ਵਿੱਚ ਉਹ ਫਰਾਰ ਹੋ ਕੇ ਨਿਕਲਦੇ ਨੇ ਮੇਰਾ ਇੱਕ ਬੜਾ ਆਮ ਜਿਹਾ ਸਵਾਲ ਹੈ ਉਹ ਤਾਂ ਫਰਾਰ ਹੋ ਗਏ ਨੌ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਵੀ ਉਹਨਾਂ ਨੇ ਮੁਅੱਤਲ ਜਿਹੜੇ ਹੈਗੇ ਨੇ ਕਰ ਦਿੱਤੇ
ਜੇਲ੍ਹਾਂ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਕੈਦੀਆਂ ਨੂੰ ਕਿਸ ਲਈ ਭੇਜਿਆ ਜਾਂਦਾ ਕਿ ਜਦੋਂ ਉਹ ਕੋਈ ਜੁਰਮ ਕਰਦੇ ਨੇ ਤੇ ਉਹਨਾਂ ਨੂੰ ਤੁਸੀਂ ਬਾਹਰ ਜਿਹੜੇ ਬੈਠੀ ਸੋਸਾਇਟੀ ਹੈਗੀ ਹੈ ਉਹਨੂੰ ਤੁਸੀਂ ਉਹਨਾਂ ਕੋਲੋਂ ਸੇਵ ਕਰ ਸਕੋ ਉਹੀ ਉਸ ਚੀਜ਼ ਨੂੰ ਤੋੜ ਕੇ ਉਸ ਇੱਕ ਚੱਕਰ ਨੂੰ ਤੋੜ ਕੇ ਉਹ ਬਾਹਰ ਨਿਕਲ ਜਾਂਦੇ ਨੇ ਉਹਨਾਂ ਵਿੱਚ ਹੀ ਵਾਪਸ ਆ ਜਾਂਦੇ ਨੇ ਜੀ ਤਾਂ ਹੱਸੋਈ ਨਹੀਂ ਗੱਲ ਵੀ ਹੈ ਸ਼ਰਮਨਾਕ ਗੱਲ ਵੀ ਹੈ ਇਹ ਖਾਸ ਤੌਰ ਪੁਲਿਸ ਲਈ ਜੀ ਇਹ ਜੇਲ੍ਹ ਜੋ ਪਹਿਲਾਂ ਵੀ ਇਹ ਚਰਚਾ ਸੀ ਕਿ ਇੱਥੇ ਪਾਕਿਸਤਾਨੀ ਕੈਦੀ ਸੀ ਉਹ ਦਿਨ ਦਿਹਾੜੇ ਭੱਜ ਗਿਆ ਸੀ ਇੱਥੋਂ ਅੱਜ ਤੱਕ ਕਾਬੂ ਨਹੀਂ ਆਇਆ ਉਹ ਹਾਂਜੀ ਤੇ ਦੂਜੀ ਗੱਲ ਜੇਲ੍ਹ ਦੀ ਸਮਰੱਥਾ ਜੋ ਹੈ ਕੈਦੀ ਰੱਖਣ ਦੀ ਉਹ 1500 ਹੈ ਜੀ ਤੇ 3400 ਉੱਥੇ ਕੈਦੀ ਰੱਖੇ ਹੋਏ ਨੇ ਜੀ ਤੇ ਫਿਰ ਪਤਾ ਨਹੀਂ ਲੱਗ ਰਿਹਾ ਵੀ ਉਹ ਸਲਾਖਾਂ ਤੋੜ ਕੇ ਲੰਘੇ ਜੀ ਮਤਲਬ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਸੋ ਮੁਨਕਰ ਨਹੀਂ ਹੋ ਸਕਦਾ ਕਿ ਕੁਛ ਨਾ ਕੁਛ ਇੱਥੇ ਹੈ ਮਤਲਬ ਕੁਛ ਨਾ ਕੁਛ ਠੀਕ ਆ ਉਹ ਹੁਣ ਮੁਅੱਤਲ ਕਰਤੇ ਨੇ ਜੋ ਵੀ ਹੋਇਆ ਇਹ ਕਾਰਵਾਈ ਕਰਨੀ ਪੈਣੀ ਹੈ ਸਰਕਾਰ ਨੂੰ ਜੋ ਮੌਕੇ ਤੇ ਮੈਂ ਸਾਡਾ ਜਿਹੜਾ ਸ਼ੋਅ ਹੈਗਾ ਉਹ ਖਤਮ ਹੋਣ ਨੂੰ ਆ ਰਿਹਾ ਨਵਕਿਰਨ ਮੈਂ ਤੁਹਾਡਾ ਇੱਕ ਰਾਏ ਜਾਣਨਾ ਚਾਹੁੰਦੀ ਹਾਂ ਬਹੁਤ ਹੀ ਅਹਿਮ ਟੌਪਿਕ ਹੈਗਾ ਜਿਹਨੂੰ ਛੱਡਿਆ ਨਹੀਂ ਜਾ ਸਕਦਾ ਜਿਹਨੂੰ ਅਸੀਂ ਜਿਹਦੇ ਉੱਤੇ ਅਸੀਂ ਜਿਹੜੀ ਆਪਦੀ ਨਜ਼ਰ ਹੈਗੀ ਜਿਹੜੀ ਨਹੀਂ ਹਟਾ ਸਕਦੀ ਡੈਲੀ ਗੈਂਗ ਰੇਪ ਮਾਮਲੇ ਦੇ ਉੱਤੇ ਜੋ ਵੀ ਇਨਸੈਂਸਿਟਿਵ ਕਮੈਂਟਸ ਆ ਰਹੇ ਨੇ ਪੋਲੀਟੀਸ਼ੀਅਨਸ ਵੱਲੋਂ ਕੱਲ ਜਿਹੜੇ ਸਪਿਰਚੁਅਲ ਗੁਰੂ ਹੈਗੇ ਨੇ ਆਸਾ ਰਾਮ ਜੀ ਉਹਨਾਂ ਨੇ ਜੋ ਕਿਹਾ ਉਹਨਾਂ ਨੇ ਮੀਡੀਆ ਨੂੰ ਵੀ ਦੋਸ਼ ਦਿੱਤੇ ਨੇ ਜੋ ਅੱਜ ਦੀ ਖਬਰ ਹੈਗੀ ਹੈ ਤੁਹਾਡੇ ਹਿਸਾਬ ਨਾਲ ਤੁਸੀਂ ਇੱਕ ਔਰਤ ਵੀ ਹੋ ਤੇ ਤੁਸੀਂ ਯੂਥ ਨੂੰ ਜਿਹੜਾ ਹੈਗਾ ਲੀਡ ਵੀ ਕਰਦੇ ਹੋ ਤੇ ਤੁਸੀਂ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਰੈਵੋਲੂਸ਼ਨਰੀ ਆਰਗੇਨਾਈਜੇਸ਼ਨ ਨਾਲ ਜੁੜੇ ਵੀ ਹੋਏ ਹੋ ਤੁਹਾਡੇ ਹਿਸਾਬ ਨਾਲ ਕੀ ਜਿਹੜਾ ਇਹ ਦੇਸ਼ ਹੈਗਾ ਇਹ ਔਰਤਾਂ ਦੇ ਰਹਿਣ ਦੇ ਲਾਇਕ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਔਰਤਾਂ ਦੇ ਰਹਿਣ ਦੇ ਲਾਇਕ ਨਹੀਂ ਹੈ ਜੇ ਇੰਨੇ ਸਾਲਾਂ ਤੋਂ ਰਹਿ ਰਹੇ ਹਾਂ ਤਾਂ ਮਤਲਬ ਕੀ ਬਣਿਆ ਸਾਡੇ ਰਹਿਣ ਲਈ ਪਰ ਹੁਣ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਨੇ ਕਾਫੀ ਲੰਬੇ ਸਮੇਂ 'ਚ ਕਾਫੀ ਖਰਾਬ ਹੋਈਆਂ ਨੇ ਤੇ ਮੈਨੂੰ ਲੱਗਦਾ ਕਿ ਜਿਹੜਾ ਇਹ ਪੂਰੀ ਮੂਵਮੈਂਟ ਖੜੀ ਹੋਈ ਹੈ ਇਹਦੇ ਤੋਂ ਅਸੀਂ ਇੱਕ ਚੀਜ਼ ਦੇਖ ਸਕਦੇ ਹਾਂ ਕਿ ਦੁਬਾਰਾ ਤੋਂ ਜਿਹੜਾ ਯੂਥ ਹੈ ਉਹਦੇ 'ਚ ਸੈਂਸਿਟੀਵਿਟੀ ਵੱਧਦੀ ਜਾ ਰਹੀ ਹੈ ਹੌਲੀ ਹੌਲੀ ਹਨਾ ਉਹ ਦੁਬਾਰਾ ਸੈਂਸਿਟਿਵ ਹੋ ਰਿਹਾ ਤੇ ਜਿੱਥੇ ਯੂਥ ਸੈਂਸਿਟਿਵਨੈਸ ਵੱਲ ਵੱਧ ਰਿਹਾ ਤੇ ਉੱਥੇ ਅਸੀਂ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਸਾਡੇ ਜਿਹੜੇ ਕਹਿੰਦੇ ਕਹਾਉਂਦੇ ਗੁਰੂ ਨੇ ਮਹਾਤਮਾ ਨੇ ਉਹ ਜਿਹੜਾ ਉਹਨਾਂ ਦਾ ਫਿਊਡਲ ਮਾਈਂਡਸੈਟ ਹੈ ਉਹ ਮੈਨੂੰ ਲੱਗਦਾ ਉਹਨਾਂ ਦੀਆਂ ਸਟੇਟਮੈਂਟਾਂ ਚੋਂ ਸਾਹਮਣੇ ਆ ਰਿਹਾ ਜਿੱਦਾਂ ਆਸਾ ਰਾਮ ਜੀ ਨੇ ਦਿੱਤੀ ਸੀ ਸਟੇਟਮੈਂਟ ਕਿ ਤਾੜੀ ਇੱਕ ਹੱਥ ਨਾਲ ਨਹੀਂ ਲੱਗਦੀ ਉਹ ਕੁੜੀ ਉਹਨਾਂ ਦੇ ਪੈਰੀ ਹੱਥ ਲਾ ਲੈਂਦੀ ਇੱਕ ਨੂੰ ਫੜ ਕੇ ਭਰਾ ਬਣਾ ਲੈਂਦੀ ਤਾਂ ਸ਼ਾਇਦ ਉਹਦੇ ਨਾਲ ਇੰਨੀ ਜਲਮਾਨਾ ਢੰਗ ਨਾਲ ਇਹ ਸਭ ਨਾ ਕੀਤਾ ਜਾਂਦਾ ਮੈਂ ਕਹਿੰਦੀ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਹਾਂ ਉਸ ਕੁੜੀ ਨਾਲ ਗਲਤ ਹੋਇਆ ਉਹਨੂੰ ਉਹ ਲੜੀ ਇਹਦੇ ਲਈ ਅਸੀਂ ਉਹਨੂੰ ਸ਼ਾਬਾਸ਼ ਦਿੰਦੇ ਹਾਂ ਕਿ ਉਹਨੇ ਇੰਨੀ ਹਿੰਮਤ ਨਾਲ ਉਹਨਾਂ ਦਾ ਸਾਹਮਣਾ ਕੀਤਾ ਤੇ ਅਸੀਂ ਸਾਨੂੰ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਉਸ ਤੋਂ ਉਲਟ ਸਾਡੇ ਨੇਤਾ ਨੇ ਜਿਹੜੇ ਉਹ ਉਸੇ ਕੁੜੀ ਦੇ ਖਿਲਾਫ ਇਹੋ ਜਿਹੇ ਘਟੀਆ ਬਿਆਨ ਦੇ ਰਹੇ ਨੇ ਤਾਂ ਮੈਨੂੰ ਲੱਗਦਾ ਇੱਥੋਂ ਨੌਜਵਾਨਾਂ ਨੂੰ ਸਾਡੇ ਲੀਡਰਾਂ ਦੀ ਇੱਕ ਜਿਹੜੀ ਸੱਚੀ ਤਸਵੀਰ ਹੈ ਉਹ ਵੀ ਉਹਨਾਂ ਦੇ ਸਾਹਮਣੇ ਪੇਸ਼ ਹੋਈ ਹੈ ਬਿਲਕੁਲ ਨਵਕਿਰਨ ਤੇ ਤੁਹਾਡਾ ਜਿੰਦਰਜੀਤ ਦੀ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ ਤੇ ਸਾਡੇ ਇਸ ਬ੍ਰੇਕਫਾਸਟ ਸ਼ੋਅ ਨੂੰ ਹੋਰ ਵੀ ਜ਼ਿਆਦਾ ਇੱਕ ਇਨਫੋਰਮੇਟਿਵ ਸ਼ੋਅ ਜਿਹੜਾ ਹੈਗਾ ਸਾਡੇ ਨਾਲ ਮਿਲ ਕੇ ਬਣਾਇਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਸ ਪ੍ਰੋਗਰਾਮ ਨੂੰ ਹੋਰ ਚੰਗੇਰਾ ਬਣਾਉਣ ਦੇ ਲਈ ਤੁਸੀਂ ਸਾਨੂੰ editor@annightnews.com ਉੱਤੇ ਆਪਣੇ ਸੁਝਾਅ ਦੇਣਾ ਨਾ ਭੁੱਲਣਾ ਤੇ ਇਸ ਸ਼ੋਅ ਦੇਖਣ ਦੇ ਲਈ ਇਸ ਵਿੱਚ ਹਿੱਸਾ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ